ਸ਼ਿਕਾਲ ਮੈਂ ਆਭਾ ਸ਼ਰਮਾ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਸੱਜਰੇ ਸੁਰ ਤੇ ਅੱਜ ਦੇ ਸੱਜਰੇ ਸੁਰ ਦੇ ਵਿੱਚ ਮੈਂ ਤੁਹਾਡੀ ਮੁਲਾਕਾਤ ਕਰਵਾ ਰਹੀ ਹਾਂ ਇੱਕ ਉੱਭਰਦੇ ਹੋਏ ਗਾਇਕ ਦੇ ਨਾਲ ਜਿਸ ਦਾ ਨਾਮ ਹੈ ਲਾਲੀ ਸ਼ੇਰਗੜੀਆ। ਸਤਿ ਸ਼੍ਰੀ ਅਕਾਲ ਲਾਲੀ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ 'ਚ ਆਉਣ ਲਈ। ਥੈਂਕ ਯੂ ਜੀ। ਲਾਲੀ ਜੀ, ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਗਾਇਕੀ ਦੀ, ਹਾਂਜੀ, ਤੇ ਕਿੱਦਾਂ ਸ਼ੁਰੂਆਤ ਹੋਈ ਤੁਹਾਡੀ ਗਾਇਕੀ ਦੀ? ਸ਼ੁਰੂਆਤ ਗਾਇਕੀ ਦੀ ਜੀ, ਮੇਰੀ ਪਹਿਲਾਂ ਤਾਂ ਕੋਈ ਹੈ ਨਹੀਂ ਸੀ ਵੀ ਮੈਂ ਗਾਇਕੀ ਦੇ ਵਿੱਚ ਆਵਾਂ, ਕਿਉਂਕਿ ਪਹਿਲਾਂ ਮੇਰਾ ਸੀਗਾ ਮੈਂ ਆਰਮੀ ਦੇ ਵਿੱਚ ਜਾਵਾਂ, ਅਤੇ ਮੈਂ ਉਹਦੇ ਬਹੁਤ ਯਾਨੀ ਕਿ ਸਟਰਗਲ ਕੀਤਾ ਆਰਮੀ ਵਾਸਤੇ ਵੀ, ਅਤੇ ਉੱਥੇ ਗੱਲ ਬਣੀ ਨਹੀਂ, ਹੈ ਨਾ। ਅੱਛਾ, ਕਿਉਂ? ਉੱਥੇ ਕਮੀ ਕੀ ਰਹਿ ਗਈ? ਉੱਥੇ ਕਮੀ ਪੇਪਰ ਦੀ ਰਹਿ ਜਾਂਦੀ ਸੀ। ਅੱਛਾ, ਬਾਕੀ ਦੌੜ ਦੂੜ ਤਾਂ ਆਪਾਂ ਕੱਢ ਹੀ ਦਿੰਦੇ ਸੀ ਨਾ। ਅੱਛਾ, ਅਤੇ ਉਹ ਤੋਂ ਬਾਅਦ ਫਿਰ ਮੇਰੀ ਮੁਲਾਕਾਤ ਹੋਈ ਬਾਈ ਗੁਰਕਿਰਪਾਲ ਸੁਰਾਪੁਰੀ ਜੀ ਦੇ ਨਾਲ। ਅੱਛਾ ਜੀ। ਅਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਨਾਲ ਕੋਰਸ 'ਤੇ ਜਾਣ ਲੱਗਾ ਜੀ, ਉਹ ਮੈਨੂੰ ਲੈ ਕੇ ਜਾਣ ਲੱਗੇ, ਕਿਉਂਕਿ ਉਹਨਾਂ ਨਾਲ ਮੇਰੀ ਦੋਸਤੀ ਹੋ ਗਈ ਸੀ। ਉਹ ਕਹਿੰਦੇ ਯਾਰ ਤੂੰ ਮੇਰੇ ਨਾਲ ਚੱਲਿਆ ਕਰ, ਅਤੇ ਮੈਂ ਉਹਨਾਂ ਨਾਲ ਕੋਰਸ 'ਤੇ ਜਾਣ ਲੱਗਾ, ਅਤੇ ਫਿਰ ਮੈਂ ਗਾਉਣ ਲੱਗ ਗਿਆ। ਫਿਰ ਮੇਰੀ ਮੁਲਾਕਾਤ ਹੋਈ ਉਹਨਾਂ ਦਿਨਾਂ ਦੇ ਵਿੱਚ ਬਾਈ ਸੀਪੀ ਗੱਲ ਜੀ, 2007 ਦੇ ਵਿੱਚ। ਮਤਲਬ ਤੁਸੀਂ ਕਹਿ ਸਕਦੇ ਤੁਹਾਡੀ ਗਾਇਕੀ ਸਾਰੀ ਕੋਰਸ ਤੋਂ ਹੋਈ? ਹਾਂਜੀ, ਕੋਰਸ ਤੋਂ ਸ਼ੁਰੂ ਹੋਈ। ਅੱਛਾ। ਅਤੇ ਬਾਈ ਉਹਨਾਂ ਦਾ ਉਦੋਂ ਟੇਪ ਆਈ ਸੀ, ਉਹ ਗਾਣਾ ਹਿੱਟ ਹੋ ਗਿਆ, ਅਤੇ ਮੈਂ ਬਾਈ ਉਹਨਾਂ ਨਾਲ ਜਾਣ ਲੱਗਾ। ਕਿਹੜੀ ਕਿਹੜੀ ਟੇਪ ਆਈ ਸੀ? ਅਤੇ ਉਹਨਾਂ ਦਾ ਗਾਣਾ ਸੀਗਾ ਤੂੰ ਵੀ ਸਾਨੂੰ ਦਿਲ 'ਚੋਂ ਭੁਲਾ ਦੇ ਸੋਹਣੀ ਛੱਡ ਤਾ। ਤੁਹਾਨੂੰ ਤਾਂ ਗਾਣ ਨਹੀਂ ਬੁਲਾਇਆ, ਤੁਸੀਂ ਇੱਦਾਂ ਥੋੜ੍ਹੀ ਕਿਹਾ ਕਰੋਗੇ, ਗਾ ਕੇ ਸੁਣਾਓਗੇ? ਹਾਂਜੀ, ਮੈਂ ਉਹ ਗਾਣਾ ਸੁਣਾ ਦਿੰਦਾ ਤੁਹਾਨੂੰ, ਹੈ ਨਾ। ਉਹ ਜ਼ੁਲਫਾਂ ਦੀ ਕੈਦ ਤੋਂ ਰਿਹਾਈ ਚਾਹੁੰਦੇ ਹਾਂ, ਹੋਈ ਬਿੱਤੀ ਉੱਤੇ ਮਿੱਟੀ ਪਾਈ ਚਾਹੁੰਦੇ ਹਾਂ, ਨੀ ਖੂਨੀ ਛੱਲਾਂ ਇਸ਼ਕੇ ਦੀਆਂ ਨੇ ਡੋਬਣਾ, ਛੱਡ ਦਈਏ ਐਵੇਂ ਪੁੱਠੇ ਵਹਿਮ ਕਰਨਾ, ਤੂੰ ਵੀ ਸਾਨੂੰ ਦਿਲ 'ਚੋਂ ਭੁਲਾ ਦੇ ਸੋਹਣੀਏ, ਛੱਡ ਤਾ ਅਸੀਂ ਵੀ ਤੈਨੂੰ ਯਾਦ ਕਰਨਾ, ਤੂੰ ਵੀ ਸਾਨੂੰ ਦਿਲ 'ਚੋਂ ਭੁਲਾ ਦੇ ਸੋਹਣੀਏ, ਛੱਡ ਤਾ ਅਸੀਂ ਵੀ ਤੈਨੂੰ ਯਾਦ ਕਰਨਾ। ਅਤੇ ਇਹ ਟੇਪ ਹਿੱਟ ਹੋਣ ਤੋਂ ਬਾਅਦ, ਅਤੇ ਬਾਈ ਉਹਨਾਂ ਦਾ ਕਿਤੇ ਵੀ ਸ਼ੋਅ ਹੋਣਾ, ਉਹ ਤੋਂ ਬਾਅਦ ਉਹਨਾਂ ਨੇ ਮੈਨੂੰ ਕਹਿਣਾ ਵੀ ਹਾਂ ਤੁਸੀਂ ਗਾਉਣਾ, ਹੈ ਨਾ। ਅਤੇ ਮੈਂ ਗਾਉਣ ਲੱਗਿਆ। ਫਿਰ ਜਿਹਨਾਂ ਕੋਲ ਵਿਸ਼ਾਲ ਖੰਨਾ 2 ਫੇਸ ਨੂਰ ਸਟੂਡੀਓ ਹੁੰਦਾ ਸੀਗਾ, ਉਹਨਾਂ ਕੋਲ ਅਸੀਂ ਫਿਰ ਇੱਕ ਗਾਣਾ ਰਿਕਾਰਡ ਕਰਾਇਆ, ਜੋ ਆਵਾਜ਼ ਪੰਜਾਬ ਦੀ ਰੁਪਿੰਦਰ ਹਾਂਡਾ ਜੀ ਨਾਲ ਆਇਆ ਸੀਗਾ, ਮੇਰਾ ਪਹਿਲਾ ਸੌਂਗ ਸੀਗਾ ਉਹ, ਅਤੇ ਨੀਂਦ ਸੌਂਗ ਸੀਗਾ। ਉਹਨਾਂ ਦੇ ਬੋਲ ਸੀਗੇ, ਉਹ ਕਹਿੰਦੇ ਹੱਥ 'ਚੋਂ ਕਿਤਾਬ ਛੁੱਟ ਗਈ ਜਦੋਂ ਪੜ੍ਹਦੀ ਨੂੰ ਚੇਤਾ ਤੇਰਾ ਆਇਆ, ਅਤੇ ਮੇਰੇ ਬੋਲ ਸੀਗੇ ਨੀ ਮਿੱਤਰਾਂ ਦੀ ਨੀਂਦ ਉੱਡ ਗਈ ਤਾਂ ਸੋਹਣੀਆਂ ਪੰਜਾਬਾਂ ਮਿਲ ਗਈਆਂ। ਹੁਣ ਕੁੜੀ ਵਾਲੇ ਬੋਲ ਸੀ, ਤੁਸੀਂ ਗਾ ਦਿਓ। ਉਹ ਕਰਾਂ ਕੁਝ ਹੋਰ ਚੰਨਾ ਸੋਚਾਂ ਕੁਝ ਹੋਰ ਵੇ, ਮਿੱਠੇ ਮਿੱਠੇ ਲੱਗਦੇ ਨੇ ਮੈਨੂੰ ਤੇਰੇ ਬੋਲ ਵੇ, ਦਿਲ ਸਮਝੇ ਨਾ ਬੜਾ ਸਮਝ ਆਇਆ ਵੇ, ਹੱਥ 'ਚੋਂ ਕਿਤਾਬ ਛੁੱਟ ਗਈ ਜਦੋਂ ਪੜ੍ਹਦੀ ਨੂੰ ਚੇਤਾ ਤੇਰਾ ਆਇਆ ਵੇ, ਹੱਥ 'ਚੋਂ ਕਿਤਾਬ ਛੁੱਟ ਗਈ, ਜ਼ਿੰਦ ਜ਼ਿੰਦਗੀ ਹੈ ਬਿੱਲੋ ਸਾਡੀ ਤੇਰੇ ਨਾਲ ਨੀ, ਚੱਤੋ ਪੈਰ ਰਹਿੰਦਾ ਬਸ ਤੇਰਾ ਹੀ ਖਿਆਲ ਨੀ, ਨੀ ਰਾਤੀ ਸੁੱਤੇ ਪਏ ਯਾਦਾਂ ਜਦੋਂ ਆਈਆਂ ਨੀ, ਮਿੱਤਰਾਂ ਦੀ ਨੀਂਦ ਉੱਡੀ ਗਈ ਜਦੋਂ ਸੋਹਣੀਏ ਪੰਜੇਬਾਂ ਛਣਕਾਈਆਂ ਨੀ, ਮਿੱਤਰਾਂ ਦੀ ਨੀਂਦ ਉੱਡੀ ਗਈ। ਇਹ ਮੇਰਾ ਸਭ ਤੋਂ ਪਹਿਲਾ ਟਰੈਕ ਸੀਗਾ ਜੀ। ਬਹੁਤ ਵਧੀਆ ਗਾਉਂਦੇ ਹੋ। ਅਤੇ ਉਸ ਤੋਂ ਬਾਅਦ ਦੂਜਾ ਅਸੀਂ ਮਿਊਜ਼ਿਕ ਦਾ ਕੰਮ ਆਪ ਸ਼ੁਰੂ ਕੀਤਾ, ਅਤੇ ਮੇਰਾ ਕਜ਼ਨ ਲਾਡੀ ਗੱਲ, ਅਤੇ ਫਿਰ ਮੇਰਾ ਦੂਜਾ ਟਰੈਕ ਹੋਇਆ ਸੀਗਾ, ਉਹ ਮੈਂ ਸ਼ਾਇਦ ਨਾ ਸੁਣਾ ਸਕਾਂ ਕਿਉਂਕਿ ਉਸ ਹੋਸਤਿਆਂ ਨੂੰ ਪਸੰਦ ਨਹੀਂ ਸੀ ਆਇਆ। ਅੱਛਾ। ਕਿਉਂਕਿ ਉਹ ਪਰਿਵਾਰਿਕ ਗੱਲਾਂ ਨਹੀਂ ਸੀਗੀਆਂ, ਹੈ ਨਾ, ਜਦੋਂ ਆਪਾਂ ਕਿਤੇ ਆਪਣੀ ਫੈਮਿਲੀ ਦੇ ਵਿੱਚ ਮੈਂ ਉਹ ਗਾਣਾ ਨਹੀਂ ਦਿਖਾ ਸਕਿਆ, ਜਦੋਂ ਮੈਂ ਆਪਣੇ ਘਰੇ ਜਾ ਕੇ ਮੈਨੂੰ ਘਰਦੇ ਕਹਿੰਦੇ ਸੀ ਅੱਜ ਕਿਹੜਾ ਗਾਣਾ ਸ਼ੂਟ ਕੀਤਾ, ਹੈ ਨਾ, ਅਤੇ ਉਹਦਾ ਕੁਛ ਵੀਡੀਓ ਇੱਦਾਂ ਸੀਗਾ ਅਤੇ ਬੋਲ ਇੱਦਾਂ ਸੀਗੇ, ਅਤੇ ਉਹ ਗਾਣਾ ਸ਼ਾਇਦ ਮੈਂ ਘਰੇ ਨਹੀਂ ਦਿਖਾ ਸਕਿਆ, ਹੈ ਨਾ। ਪਰ ਤੁਸੀਂ ਚੂਜ਼ ਕਿਉਂ ਕੀਤਾ ਫਿਰ ਉਹ ਗਾਣੇ ਦੀ, ਕਿਉਂ ਚੋਣ ਕੀਤੀ ਕਿ ਹਾਂ ਮੈਂ ਗਾਣਾ ਕਰਨਾ, ਜੇ ਤੁਸੀਂ ਆਪਣੇ ਘਰ ਹੀ ਨਹੀਂ ਦਿਖਾ ਸਕੇ ਤਾਂ ਤੁਹਾਨੂੰ ਕਿੱਦਾਂ ਲੱਗਿਆ ਕਿ ਗਾਣਾ ਮੈਨੂੰ ਗਾਉਣਾ ਚਾਹੀਦਾ? ਕਿਉਂਕਿ ਆਪਣੇ ਲੋਕਾਂ ਦਾ ਕੁਝ ਨਹੀਂ ਪਤਾ ਜੀ ਕੀ ਕਰਨਾ, ਜੇ ਕੁਝ ਚੰਗਾ ਕਰ ਦਿੰਦੇ ਹਾਂ ਤਾਂ ਤਾੜੀਆਂ ਮਾਰ ਦਿੰਦੇ ਨੇ, ਮਾੜਾ ਕਰ ਦਿੰਦਾ ਗਾਣਾ ਕੱਢ ਦਿੰਦੇ, ਅਤੇ ਇਹਨਾਂ ਦਾ ਕੁਛ ਨਹੀਂ ਪਤਾ। ਮੁੰਡਿਆਂ ਵਾਸਤੇ ਗਾਣਾ ਸੀਗਾ ਉਹ, ਅਤੇ ਉਹ ਸੀਗਾ ਮੁੰਡਿਆਂ 'ਚ ਹੁੰਦੀ ਆ ਬਿਮਾਰੀ ਮਿੱਤਰ, ਉਹ ਦੂਜੇ ਦੀ ਸਹੇਲੀ ਉੱਤੇ ਅੱਖ ਰੱਖਦੇ। ਅੱਛਾ। ਅਤੇ ਸ਼ਾਇਦ ਜਦੋਂ ਮੈਂ ਮਾਤਾ ਜੀ ਨੇ ਗਾਣਾ ਸੁਣਿਆ ਅਤੇ ਕਾਫੀ ਉਹਨਾਂ ਨੂੰ ਲੱਗਿਆ, ਉਹ ਕਹਿੰਦੇ ਵੀ ਨਹੀਂ, ਹਾਂਜੀ ਵੀ ਇਹ ਗਾਣਾ ਨਹੀਂ ਹੈਗਾ, ਹੈ ਨਾ। ਅਤੇ ਹਾਂਜੀ, ਉਹ ਵੀ ਮੈਂ ਖੁਦ ਹੀ ਲਿਖਿਆ ਸੀਗਾ, ਕਿਉਂਕਿ ਮੈਨੂੰ ਲਿਖਣ ਦਾ ਸ਼ੌਂਕ ਸੀਗਾ। ਅੱਛਾ, ਲਿਖਣ ਦਾ ਵੀ ਸ਼ੌਂਕ ਹੈ। ਲਿਖਣ ਦਾ ਸ਼ੌਂਕ ਸੀਗਾ ਉਹ ਰਾਜ ਬਰਾੜ ਭਾਜੀ ਤੋਂ,
ਅੱਛਾ ਜੀ ਉਹਨਾਂ ਦਾ ਆਇਆ ਸੀਗਾ ਕਮੇਡੀ ਹੋਈ ਸੀਗੀ ਜਦੋਂ ਮੈਂ ਲਿਖਿਆ ਸੀਗਾ ਗਾਣਾ ਅੱਛਾ ਉਹਨਾਂ ਦਾ ਗਾਣਾ ਸੀਗਾ ਮੇਰੇ ਗੀਤਾਂ ਦੀ ਰਾਣੀ ਸ਼ਾਲਾ ਮਾਣੇ ਜਵਾਨੀ ਉਹ 'ਚ ਨਾ ਉਹਨਾਂ ਉਹ ਜਿਹੜੀ ਉਹਨਾਂ ਨੇ ਵੀਡੀਓ ਬਣਾਈ ਸੀਗੀ ਵੀਡੀਓ ਦੇ ਵਿੱਚ ਕਦੇ ਕਿਤੇ ਬਹਿੰਦੇ ਨੇ ਕਦੇ ਕਿਤੇ ਬਹਿੰਦੇ ਨੇ ਹੈ ਨਾ ਉਹ ਲਿਖ ਰਹੇ ਨੇ ਬੈਠੇ ਅਤੇ ਮੈਂ ਕੋਠੇ 'ਤੇ ਕਾਪੀ ਲੈ ਕੇ ਬਹਿ ਜਾਣਾ ਅਤੇ ਕਦੇ ਕਿਤੇ ਬਹਿ ਕੇ ਲਿਖਣਾ ਕਦੇ ਕਿਤੇ ਅਤੇ ਮੈਂ ਰਾਜ ਭਾਅ ਜੀ ਨੂੰ ਮਿਲਿਆ 11 ਵਜੇ ਮੈਂ ਕਿਹਾ ਭਾਅ ਜੀ ਮੈਂ ਵੀ ਗਾਣੇ ਲਿਖਦਾ ਹੈ ਨਾ ਅਤੇ ਭਾਅ ਜੀ ਕਹਿੰਦੇ ਦਿਖਾ ਕਿਹੜੇ ਗਾਣੇ ਲਿਖੇ ਅੱਛਾ ਮਤਲਬ ਐਵੇਂ ਕਹਿ ਦਿੱਤਾ ਸੀ ਇਹ ਸੱਚੀ ਤੁਹਾਨੂੰ ਲਿਖਣ ਦਾ ਸੀਗਾ ਸ਼ੌਂਕ ਵੀ ਹਾਂ ਮੈਂ ਮਤਲਬ ਵਧੀਆ ਮੈਨੂੰ ਲੱਗਿਆ ਉਸ ਟਾਈਮ ਵੀ ਮੈਂ ਗਾਣੇ ਲਿਖੇ ਨੇ ਨਾ ਮੈਨੂੰ ਪਤਾ ਨਹੀਂ ਸੀ ਵੀ ਗਾਣਾ ਲਿਖਣਾ ਕੀ ਹੁੰਦਾ ਅੱਛਾ ਮੈਨੂੰ ਐ ਸੀ ਮੈਂ ਗਾਣਾ ਹਾਂ ਉਹ ਬਈ ਉਹ ਇਦਾਂ ਬਹਿ ਕੇ ਕਾਪੀ ਤੇ ਲਿਖ ਰਹੇ ਆ ਤੇ ਮੈਂ ਵੀ ਲਿਖੂੰਗਾ ਹਨਾ ਤੇ ਬਾਈ ਜੀ ਨੇ ਜਦੋਂ ਕਾਪੀ ਪੜ੍ਹੀ ਸਾਰੀ ਉਹ ਟੇਪ ਮਾਈ ਮੇਰੇ ਗੀਤਾਂ ਦੀ ਰਾਣੀ ਟੇਪ ਉਤਾਰੀ ਹੋਈ ਸੀ ਅੱਛਾ ਸਾਰੀ ਟੇਪ ਮੈਂ ਉਹਦੇ ਲਿਖੀ ਹੋਈ ਸੀ ਆਪਣੀ ਹੈ ਨਾ ਅਤੇ ਭਾਅ ਜੀ ਕਹਿੰਦੇ ਤਾਂ ਮੇਰੇ ਹੀ ਗਾਣੇ ਮੈਂ ਕਿਹਾ ਬਾਈ ਜੀ ਤੁਸੀਂ ਬਹਿ ਕੇ ਲਿਖਦੇ ਹਾਂ ਨਾ ਮੈਂ ਵੀ ਉੱਦਾਂ ਹੀ ਲਿਖਿਆ ਕਹਿੰਦੇ ਲਿਖਣਾ ਇਹ ਨਹੀਂ ਹੁੰਦਾ ਅੱਛਾ ਹਾਂਜੀ ਹਾਂ ਅਤੇ ਮੈਂ ਫਿਰ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਅਤੇ ਉਹਨਾਂ ਵਿੱਚੋਂ ਕੁਝ ਲਫ਼ਜ਼ ਚੱਕਣੇ ਪਏ ਅਤੇ ਉਹਨਾਂ ਨਾਲ ਮੈਂ ਲਿਖਣਾ ਸ਼ੁਰੂ ਕਰਤਾ ਅੱਛਾ ਹਾਂਜੀ ਫਿਰ ਮਤਲਬ ਵਧੀਆ ਲਿਖਣ ਲੱਗ ਗਏ ਤੁਸੀਂ ਹਾਂਜੀ ਵਧੀਆ ਜਿੰਨਾ ਕੁ ਸੋਤੇ ਨੂੰ ਪਸੰਦ ਆਇਆ ਸੀ ਉਨਾ ਕੁ ਵਧੀਆ ਲੱਗਦਾ ਫਿਰ ਸੋਤੇ ਨੂੰ ਪਸੰਦ ਆਇਆ ਫਿਰ ਘਰ ਕੋਈ ਫਿਰ ਗਾਣਾ ਜਿਹੜਾ ਲਿਖਿਆ ਹੋਵੇ ਜਿਹੜਾ ਤੁਸੀਂ ਆਪਣੇ ਘਰ ਜਾ ਕੇ ਵੀ ਦਿਖਾਇਆ ਹੋਵੇ ਘਰ ਜਾ ਕੇ ਤਾਂ ਸਾਰੇ ਹੀ ਦਿਖਾਏ ਨੇ ਪਰ ਘਰਦਿਆਂ ਨੂੰ ਪਸੰਦ ਨਹੀਂ ਆਉਂਦੇ ਕਿਉਂ ਘਰਦਿਆਂ ਨੂੰ ਪਸੰਦ ਕਿਉਂ ਨਹੀਂ ਆਉਂਦੇ ਘਰਦਿਆਂ ਦਾ ਧਿਆਨ ਹੁੰਦਾ ਨਾ ਹਰੇਕ ਕਿਉਂਕਿ ਮੇਰੇ ਘਰਦਿਆਂ ਨੂੰ ਇਹ ਵੀ ਹਾਂ ਯਾਰ ਆਪਾਂ ਖੇਤੀ ਕਰਦੇ ਹਾਂ ਕੀ ਲੈਣਾ ਤੂੰ ਇਹੋ ਜਿਹੇ ਕੰਮਾਂ ਤੋਂ ਹਨਾ ਮਤਲਬ ਮੈਂ ਇਹੀ ਇਹੀ ਸਵਾਲ ਮੇਰਾ ਇਹ ਵੀ ਅਗਲਾ ਇਹੀ ਸਵਾਲ ਸੀਗਾ ਕਿ ਜਿਹੜਾ ਤੁਸੀਂ ਜਿੱਦਾਂ ਗਾਇਕੀ ਦੀ ਸ਼ੁਰੂਆਤ ਕੀਤੀ ਤੁਸੀਂ ਪਹਿਲਾਂ ਕਿਹਾ ਕਿ ਮੈਨੂੰ ਸ਼ੌਂਕ ਨਹੀਂ ਸੀ ਫਿਰ ਆਰਮੀ 'ਚ ਗਿਆ ਇੱਦਾਂ ਹੋਇਆ ਫਿਰ ਮਤਲਬ ਘਰਦਿਆਂ ਨੇ ਸਪੋਰਟ ਕੀਤਾ ਗਾਇਕੀ ਜਦੋਂ ਤੁਹਾਨੂੰ ਲੱਗਿਆ ਕਿ ਹਾਂ ਵੀ ਹੁਣ ਮੈਨੂੰ ਸ਼ਾਇਦ ਗਾਇਕ ਬਣ ਜਾਣਾ ਚਾਹੀਦਾ ਹੈ ਤੇ ਘਰਦਿਆਂ ਨੇ ਸਪੋਰਟ ਕੀਤਾ 2013 ਤੋਂ ਸ਼ੁਰੂ ਹੋਏ ਨੇ ਸਪੋਰਟ ਕਰਨਾ ਅੱਛਾ ਉਸ ਤੋਂ ਪਹਿਲਾਂ ਨਹੀਂ ਕੀਤਾ ਉਸ ਤੋਂ ਪਹਿਲਾਂ ਨਹੀਂ ਕੀਤਾ ਜਦੋਂ ਜਹਦ ਚੱਲਦੀ ਹਾਂਜੀ ਉਸ ਤੋਂ ਬਾਅਦ ਚੱਲਦੀ ਰਹੀ ਬਾਈ ਗੁਰਕਿਰਪਾਲ ਸੋਰਾਪੁਰੀ ਸਾਹਿਬ ਉਹ ਵੀ ਆਪਣੇ ਘਰੇ ਆਏ ਹਨਾ ਤੇ ਕਹਿੰਦੇ ਯਾਰ ਚਲੋ ਮੁੰਡਾ ਗਾਉਂਦਾ ਗਾ ਲੈਣ ਦੋ ਨਾ ਮੈਂ ਚੋਰੀ ਛੇਪੇ ਮੈਨੂੰ ਉਹਨਾਂ ਨੇ ਐਡਮਿਸ਼ਨ ਦਵਾਈ ਸੀਗੀ 6 ਫੇਸ ਯੂਨੀਵਰਸਿਟੀ ਦੇ ਵਿੱਚ ਨਾ ਸੌਰੀ ITI ਦੇ ਵਿੱਚ ਅੱਛਾ ਤੇ ਉੱਥੇ ਤਾਂ ਮੈਂ ਗਿਆ ਹੀ ਨਹੀਂ ਅੱਛਾ ਉੱਥੇ ਜਿੱਥੇ ਬਾਈ ਜੀ ਉਹਨਾਂ ਦੇ ਸ਼ੋਅ ਚੱਲਦੇ ਸੀ ਮੈਂ ਸ਼ੋਅਾਂ 'ਤੇ ਚਲੇ ਜਾਣਾ ਹੈ ਨਾ ਪ੍ਰਾਚੀਨ ਕਲਾ ਕੇਂਦਰ ਸੀ 35 ਸੈਕਟਰ ਦੇ ਵਿੱਚ ਅੱਛਾ ਅਤੇ ਹੁਣ ਵੀ ਹੈਗਾ ਮੈਂ ਉੱਥੇ ਜਾ ਕੇ ਉੱਥੇ ਫੀਸ ਜਿਹੜੀ ਫੀਸ ਉਹਨਾਂ ਨੇ ਉੱਥੇ ਦਿੱਤੀ ਸੀ ਮੈਂ ਉੱਥੇ ਭਰਤੀ ਜਾ ਕੇ ਮੈਂ ਕਿਹਾ ਯਾਰ ਆਪਾਂ ਸਿੱਖਦੇ ਹਾਂ ਹੈ ਨਾ ਆਪਾਂ ਕੀ ਜਾਣਾ ਅਤੇ ਪਤਾ ਉਦੋਂ ਲੱਗਾ ਘਰਦਿਆਂ ਨੂੰ ਜਦੋਂ ਉਹਨਾਂ ਨੇ ਸਰਟੀਫਿਕੇਟ ਮੰਗਿਆ ਕਹਿੰਦਾ ਤੂੰ ITI 2 ਸਾਲ ਹੋ ਗਏ ਤੈਨੂੰ ਲੱਗੇ ਨੂੰ ਅਤੇ 2 ਸਾਲ ਹੋ ਗਏ ਤੈਨੂੰ ITI ਦੇ ਵਿੱਚ ਲੱਗੇ ਨੂੰ ਵੀ ਤੂੰ ਕਿੱਥੇ ਨੇ ਤੇਰੇ ਸਰਟੀਫਿਕੇਟ ਮੈਂ ਕਿਹਾ ਉੱਥੇ ਤਾਂ ਗਿਆ ਹੀ ਨਹੀਂ ਅੱਛਾ ਹਾਂਜੀ ਹਾਂ ਫਿਰ ਬਹੁਤ ਚੱਤਰ ਪਏ ਸੀਗੇ ਅੱਛਾ ਮਤਲਬ ਫਿਰ ਉਹ ਤੁਸੀਂ ਉਹਦਾ ਗਾਇਕੀ ਵੱਲ ਜ਼ਿਆਦਾ ਗਏ ਹਾਂਜੀ 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 ਅੱਛਾ ਤੇ ਘਰਦਿਆਂ ਨੇ ਸਪੋਰਟ ਤੁਸੀਂ ਦੇ 2013 ਤੋਂ ਕਰਨਾ ਸ਼ੁਰੂ ਕੀਤਾ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਫਿਰ ਹੋਰ ਸਭ ਤੋਂ ਜ਼ਿਆਦਾ ਦੋਸਤਾਂ ਯਾਰਾਂ 'ਚੋਂ ਕਿੰਨੇ ਜ਼ਿਆਦਾ ਸਪੋਰਟ ਕੀਤਾ ਦੋਸਤਾਂ ਯਾਰਾਂ ਦੇ ਵਿੱਚੋਂ ਗੱਲ ਲਾਈ ਜਾਵੇ ਤਾਂ ਜੀ ਬਾਈ ਆਪਣੇ ਨਾਲ ਪਿੰਡ ਹੈ ਮਰਾਂਡੇ ਦੇ ਕੋਲ ਹਰਗਣਾ ਪਿੰਡ ਹੈ ਜੀ ਹਾਂਜੀ ਬਾਈ ਕਮਲ ਸ਼ਾਹੀ ਜੀ ਉਹਨਾਂ ਦੇ 2-3 ਟਰੈਕ ਵੀ ਰਿਲੀਜ਼ ਹੋਏ ਸੀਗੇ ਉਹ ਮੇਰੇ ਫਰੈਂਡ ਸੀਗੇ ਹੈ ਨਾ ਅਤੇ ਬਾਈ ਗੁਰਕਿਰਪਾਲ ਸੋਰਾਪੁਰੀ ਜੀ ਰਾਜ ਬਰਾੜ ਬਾਈ ਜੀ ਉਹਨਾਂ ਤੋਂ ਜਾਣੀ ਕਿ ਇੰਨੀ ਗੱਲਬਾਤ ਤਾਂ ਉਹਨਾਂ ਨਾਲ ਕਦੇ ਹੋਈ ਨਹੀਂ ਅਤੇ ਜਿੰਨਾ ਕੁ ਜਾਣੀ ਕਿ ਮੈਨੂੰ ਚੰਗਾ ਲੱਗਿਆ ਉਹਨਾਂ ਦੀ ਗਾਇਕੀ ਮੈਨੂੰ ਬਹੁਤ ਪਸੰਦ ਆ ਮੈਂ ਹੁਣ ਤੱਕ ਜਦੋਂ ਵੀ ਕਿਤੇ ਵੀ ਸ਼ੋਅ 'ਤੇ ਗਾਉਂਦਾ ਅਤੇ ਉਹਨਾਂ ਦੇ ਗਾਣੇ ਮੈਨੂੰ ਜ਼ਿਆਦਾ ਫਿਰ ਪਹਿਲਾਂ ਉਹਨਾਂ ਦਾ ਸੁਣਾ ਦਿਉ ਉਹਨਾਂ ਦਾ ਗਾਣਾ ਜੀ ਅਤੇ ਡਿਊਟੀ ਗਾਣੇ ਨੇ ਹੈ ਨਾ ਉਹਨਾਂ ਦੇ ਬਹੁਤ ਜੋ ਮੈਨੂੰ ਪਸੰਦ ਨੇ ਉਹ ਸੀਗਾ ਅਸਾਂ ਕੁੜੀਏ ਨਾ ਤੇਰੀ ਤੋਰ ਨਹੀਂ ਵੇਖਣੀ ਅਸਾਂ ਕੁੜੀਏ ਨਾ ਤੇਰੀ ਤੋਰ ਨਹੀਂ ਵੇਖਣੀ ਅੱਗ ਲਾਉਣਾ ਗੜਬਾ ਚਾਂਦੀ ਦਾਨੀ ਲੱਕ ਟੁੱਟ ਜੂਹੋ ਲਾਰੇ ਖਾਂਦੀ ਦਾਨੀ ਲੱਕ ਟੁੱਟ ਜੂਹੋ ਲਾਰੇ ਖਾਂਦੀ ਦਾ ਅਤੇ ਉਹਨਾਂ ਦਾ ਉਹਨਾਂ ਦੇ ਮੈਂ ਗਾਣੇ ਬਹੁਤ ਸਾਰੇ ਗਾਉਂਦਾ ਹਾਂ ਨਾ ਅਤੇ ਬਾਕੀ ਸਪੋਰਟ ਦੇ ਵਿੱਚ ਫਿਰ ਸਾਡਾ ਮਿਊਜ਼ਿਕ ਹੋਣ ਲੱਗਿਆ ਕਦਨ ਲਾਡੀ ਗੱਲ ਅਤੇ ਉਹਨੇ ਬਹੁਤ ਹੈਲਪ ਕੀਤੀ ਕਿਉਂਕਿ ਉਹਨੇ ਹੋਰ ਕੰਪਨੀਆਂ ਦੇ ਕੰਮ ਛੱਡ ਕੇ ਮੇਰਾ ਕੰਮ ਕਰਨਾ ਹੈ ਨਾ ਯਾਰ ਤੇਰਾ ਆਪਾਂ ਗਾਣਾ ਕਰਦੇ ਹਾਂ ਨਾ ਆਪਾਂ ਇੱਦਾਂ ਕਰਨਾ ਤੇਰਾ ਕੰਮ ਅਤੇ ਬਾਈ CP ਗੱਲ ਉਹਨਾਂ ਦਾ ਪਤਾ ਹੀ ਘਰ ਦਾ ਹੀ ਕੰਮ ਸੀਗਾ ਅੱਛਾ ਹਾਂਜੀ ਅਤੇ ਉਹ ਤੋਂ ਬਾਅਦ ਬਾਈ ਲੱਖੀ ਗੱਲ ਜੀ ਆਪਣੇ ਨਿਊਯਾਰਕ ਦੇ ਵਿੱਚ ਨੇ ਉਹਨਾਂ ਨਾਲ ਮੁਲਾਕਾਤ ਹੋਈ ਮੇਰੀ ਅਤੇ ਉਹਨਾਂ ਨੇ ਫਿਰ ਜਾਣੀ ਕਿ ਉਹਨਾਂ ਨੇ ਇੱਕ ਜੋ ਕਹਿੰਦੇ ਨੇ ਆਪਾਂ ਪੈਕ ਹੋਈ ਹੋਈ ਚੀਜ਼ ਆ ਉਹਨਾਂ ਨੇ ਉਹਨੂੰ ਧੱਕਾ ਮਾਰਿਆ ਬਈ ਹੁਣ ਇਹਨੂੰ ਆਪਾਂ ਸਿਰੇ ਲਾਉਂਦੇ ਹਾਂ ਹਾਂਜੀ ਹਾਂ ਉਹਨਾਂ ਨੇ ਮੇਰੇ ਬਹੁਤ ਉਰੇ ਪੰਜਾਬ ਦੇ ਵਿੱਚ ਉਹਨਾਂ ਨੇ ਲੋਕਲ ਮੇਰੇ ਬਹੁਤ ਸ਼ੋਅ ਕਰਵਾਏ ਅਤੇ ਸ਼ਾਇਦ ਹੁਣ ਰੱਬ ਕਰੇਗਾ ਸ਼ਾਇਦ ਆਪਾਂ ਮੇਰੇ US ਦੇ ਅਪ੍ਰੈਲ ਦੇ ਵਿੱਚ ਸ਼ਾਇਦ ਸ਼ੋਅ ਲੱਗ ਜਾਣਗੇ ਅੱਛਾ ਜੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਸੂਰਾਪੁਰੀ ਸਾਹਿਬ ਹੋ ਗਏ ਸਾਰਿਆਂ ਨੇ ਤੁਹਾਨੂੰ ਬਹੁਤ ਸਪੋਰਟ ਕੀਤਾ ਤੁਸੀਂ ਉਹਨਾਂ ਨੂੰ ਗੁਰੂ ਵੀ ਮੰਨਦੇ ਹੋ ਆਪਣੇ ਤੇ ਉਹਦਾ ਬਚਪਨ 'ਚ ਸਭ ਤੋਂ ਜ਼ਿਆਦਾ ਤੁਸੀਂ ਕਿਹਨੂੰ ਸੁਣਦੇ ਹੁੰਦੇ ਸੀਗੇ
ਪੰਜਾਬੀ ਗਾਇਕੀ 'ਚ ਜਿਹਨੂੰ ਲੱਗਦਾ ਹੋਵੇ ਕਿ ਹਾਂ ਇੱਕ ਹੁੰਦਾ ਨਾ ਕਿ ਗੋਡ ਫਾਦਰ ਮੰਨਦੇ ਹੋ ਹੋਰ ਕਿਸਮ ਕੇ ਇਹਨੂੰ ਸੁਣ ਕੇ ਮੈਂ ਇਹਦੇ ਵਾਰ ਇੱਦਾਂ ਦਾ ਗਾਉਣਾ ਚਾਹੁੰਦਾ ਵਧੀਆ ਸਾਫ਼ ਸੁਥਰੀ ਗਾਇਕੀ ਵਾਲਾ ਆ ਕਿਹਨੂੰ ਸੁਣਦੇ ਸੀ ਮੈਂ ਰਾਜ ਭਾਜੀ ਨੇ ਸੁਣਿਆ ਜੀ ਰਾਜ ਬਰਾੜ ਸਾਹਿਬ ਨੂੰ ਅੱਛਾ ਜੀ ਹਾਂਜੀ ਉਹਨਾਂ ਦੇ ਹੀ ਗਾਣੇ ਗਾਏ ਫਿਰ ਉਹਨਾਂ ਦਾ ਕੋਈ ਗਾਣਾ ਸੁਣਾ ਦਿਓ ਵਧੀਆ ਜਿਹਾ ਉਹਨਾਂ ਦੇ ਸਾਰੇ ਹੀ ਗਾਣੇ ਵਧੀਆ ਨੇ ਕੋਈ ਗਾਣਾ ਆਪਾਂ ਮਾੜਾ ਕਹਿ ਨਹੀਂ ਸਕਦੇ ਜੀ ਉਹਨਾਂ ਦਾ ਬਹੁਤ ਵਧੀਆ ਗਾਣਾ ਕੋਈ ਸੁਣਾ ਮੈਨੂੰ ਸਾਰੇ ਗਾਣੇ ਵਧੀਆ ਲੱਗਦੇ ਜੀ ਸੁਣਾ ਦਿਓ ਫਿਰ ਕੋਈ ਵੀ ਗਾਣਾ ਤੇ ਉਹਨਾਂ ਦਾ ਜਿਹੜਾ ਮੈਨੂੰ ਜ਼ਿਆਦਾ ਸ਼ੋਅ ਦੇ ਉੱਤੇ ਜ਼ਿਆਦਾ ਗਵਾਉਂਦੇ ਨੇ ਉਹ ਉਹਨਾਂ ਨੇ ਸ਼ਾਇਦ ਰੀਮਿਕਸ ਕੀਤਾ ਸੀਗਾ ਉਹ ਗਾਣਾ ਸਦੀਕ ਸਾਹਿਬ ਦਾ ਹੈ ਨਾ ਉਹ ਸੀਗਾ ਉਹ ਬੀਹਾਂ ਪੀੜੀਆਂ ਤੇ ਕਰ ਤੇਰਾ ਦੂਰ ਮਿੱਤਰਾ ਡੇਰਾ ਤਾਂ ਨੇਰੀਆਂ ਤੇ ਮਿਲਣਾ ਜ਼ਰੂਰ ਮਿੱਤਰਾ ਦੂਰੋਂ ਜੱਗ ਦੀ ਚਵਾਰੇ ਵਿੱਚ ਦਿਸੇ ਲਾਲ ਟੈਣ ਚੜੇ ਨਿੰਮਾ ਨਿੰਮਾ ਚਤ ਨੂੰ ਸਰੂਰ ਮਿੱਤਰਾ ਬੇਲਾਵਾਂ ਬਿੜਕਾਂ ਬੇਲਾਵਾਂ ਬਿੜਕਾਂ ਬਿੜਕਾਂ ਹਨੇਰੇ ਵਿੱਚ ਖੜ ਖੜ ਕੇ ਵੇ ਮੈਨੂੰ ਖਿੱਚ ਲੈ ਵੈਰੀਆ ਖਿੱਚ ਲੈ ਚਵਾਰੇ ਵਿੱਚ ਵਾਂ ਫੜ ਕੇ ਵੇ ਮੈਨੂੰ ਖਿੱਚ ਲੈ ਵੈਰੀਆ ਤੇ ਜਦੋਂ ਮੈਂ ਸਟੇਜ ਤੇ ਗਾਉਂਦਾ ਇਹ ਸੌਂਗ ਦੀ ਜ਼ਿਆਦਾ ਡਿਮਾਂਡ ਜ਼ਿਆਦਾ ਆਉਂਦੀ ਹੈ ਅੱਛਾ ਮਤਲਬ ਤੁਸੀਂ ਕਿਹਾ ਤੁਸੀਂ ਸ਼ੋਜ਼ ਵਗੈਰਾ ਵੀ ਕਰਦੇ ਹੋ ਕਿੰਨਾ ਕੁ ਪਸੰਦ ਕਰਦੇ ਆ ਲੋਕ ਤੁਹਾਨੂੰ ਸੁਣਨਾ ਬਹੁਤ ਪਸੰਦ ਉਹ ਜਦੋਂ ਆਪਾਂ ਮੇਲੇ ਤੇ ਹੁੰਦੇ ਹਾਂ ਨਾ ਉੱਥੇ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਨੂੰ ਕੌਣ ਪਸੰਦ ਕਰਦਾ ਵਿਆਹ ਦੇ ਵਿੱਚ ਤਾਂ ਜਦੋਂ ਤੁਸੀਂ ਕਦੇ ਸ਼ੋਅ ਕਰਨ ਜਾਂਦੇ ਉਹਦਾ ਪਤਾ ਹੀ ਹੈ ਵੀ ਤੁਹਾਨੂੰ ਪਸੰਦ ਹੀ ਕੀਤਾ ਤਾਂ ਮੰਨਦੇ ਹੈ ਨਾ ਉਹ ਲਵਾਇਆ ਮੇਲੇ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਨੇ ਜੀ ਆਪਾਂ ਕਿਸੇ ਬੰਦੇ ਨੂੰ ਖੁਸ਼ ਨਹੀਂ ਕਰ ਸਕਦੇ ਹਾਂਜੀ ਤੇ ਤੁਸੀਂ ਹਾਂਜੀ ਜਿੱਦਾਂ ਤੁਹਾਡੇ ਤੁਸੀਂ ਕਿਹਾ ਕਿ ਟਰੈਕ ਦੀ ਸ਼ੁਰੂਆਤ ਹੋਈ ਸੀ ਰੁਪਿੰਦਰ ਹਾਂਡਾ ਦੇ ਨਾਲ ਹਾਂਜੀ ਡਿਊਟ ਤੁਸੀਂ ਗਾਇਆ ਤੇ ਕਿੱਦਾਂ ਸ਼ੁਰੂਆਤ ਹੋਈ ਕਿੱਦਾਂ ਮਿਲੇ ਰੁਪਿੰਦਰ ਹਾਂਡਾ ਦੇ ਨਾਲ ਕਿੱਦਾਂ ਤੁਹਾਨੂੰ ਲੱਗਿਆ ਵੀ ਉਹਨਾਂ ਨੂੰ ਲੱਗਿਆ ਵੀ ਤੁਹਾਨੂੰ ਡਿਊਟ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਤੁਸੀਂ ਸੋਲੋ ਤੋਂ ਕਿਉਂ ਨਹੀਂ ਕੀਤਾ ਆਪਣਾ ਨੂਰ ਸਟੂਡੀਓ ਸੀਗਾ ਜਿਹੜਾ ਦੋ ਫੇਜ਼ ਦੇ ਵਿੱਚ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਉਹਦਾ ਹਾਂਜੀ ਤੇ ਉਹਨਾਂ ਦੇ ਕੋਲ ਰੁਪਿੰਦਰ ਹਾਂਡਾ ਜੀ ਦਾ ਕੰਮ ਡਬਿੰਗ ਚੱਲਦੀ ਸੀਗੀ ਹੈ ਨਾ ਤੇ ਮੈਂ ਉਹ ਗਾਣਾ ਵੈਸੇ ਗਾ ਰਿਹਾ ਸੀਗਾ ਮੈਨੂੰ ਤਾਂ ਵਿਸ਼ਾਲ ਕਹਿੰਦਾ ਯਾਰ ਇਹ ਆਪਾਂ ਗਾਣਾ ਕਰ ਦਿੰਦੇ ਹਾਂ ਅਤੇ ਉਹਦਾ ਮਿਊਜ਼ਿਕ ਕੀਤਾ ਸੀਗਾ ਰੋਮੀ ਸਿੰਘ ਨੇ ਅੱਛਾ ਅਤੇ ਮੈਂ ਕਿਹਾ ਯਾਰ ਕਰ ਦਿੰਦੇ ਹਾਂ ਕਹਿੰਦਾ ਯਾਰ ਆਪਾਂ ਰੁਪਿੰਦਰ ਤੋਂ ਗਵਾ ਦਿੰਦੇ ਹਾਂ ਹੈ ਨਾ ਮੈਂ ਕਿਹਾ ਵੀ ਪੁੱਛ ਲਓ ਵੀ ਉਹ ਆਵਾਜ਼ ਪੰਜਾਬ ਦੀ ਰਹਿ ਚੁੱਕੇ ਨੇ ਹੈ ਨਾ ਵੀ ਇਹ ਕਰ ਵੀ ਦੇਣਗੇ ਅਤੇ ਉਹਨਾਂ ਨੇ ਉਹ ਟਾਈਮ ਦੇ ਵਿੱਚ ਮੈਨੂੰ ਜਵਾਬ ਨਹੀਂ ਦਿੱਤਾ ਉਹ ਕਹਿੰਦੇ ਠੀਕ ਹੈ ਮੈਂ ਤੇਰੇ ਨਾਲ ਕਰ ਦਿੰਦੀ ਹਾਂ ਨਾ ਸੌਂਗ ਅਤੇ ਸ਼ੁਕਰ ਹੈ ਜੀ ਉਹਨਾਂ ਦਾ ਵੀ ਬਹੁਤ ਆਪਣੇ ਨਾਲ ਉਹਨਾਂ ਨੇ ਸੌਂਗ ਕੀਤਾ ਅਤੇ ਉਦੋਂ ਆਪਾਂ ਨੇ ਉਹ ਸੌਂਗ ਕੀਤਾ ਸੀਗਾ ਜੀ ਅੱਛਾ ਜੀ ਉਸ ਤੋਂ ਬਾਅਦ ਹੋਰ ਕਿਹੜੇ ਤੁਹਾਡੇ ਉਹ ਕਿੰਨਾ ਕੁ ਪਿਆਰ ਮਿਲਿਆ ਉਸ ਗੀਤ ਨੂੰ ਫਿਰ ਤੁਹਾਡੇ ਵਧੀਆ ਸੀਗਾ ਜੀ ਉਹਨਾਂ ਦੇ ਨਾਂ ਕਰਕੇ ਵਧੀਆ ਪਿਆਰ ਮਿਲ ਗਿਆ ਅੱਛਾ ਮੇਰਾ ਨਵਾਂ ਸੀਗਾ ਕਿਉਂਕਿ ਪਹਿਲਾ ਸੀਗਾ ਉਹਨਾਂ ਦਾ ਨਾਂ ਕਾਫੀ ਸੀਗਾ ਹੈ ਨਾ ਅੱਛਾ ਜੀ ਤੇ ਵਧੀਆ ਪਸੰਦ ਸੀਗਾ ਤੇ ਉਸ ਤੋਂ ਬਾਅਦ ਫਿਰ ਕਿਹੜਾ ਟਰੈਕ ਕੀਤਾ ਤੁਸੀਂ ਹੁਣ ਤੱਕ ਕਿੰਨੇ ਟਰੈਕ ਆ ਚੁੱਕੇ ਨੇ ਹੁਣ ਤੱਕ ਮੇਰੇ ਤਿੰਨ ਆ ਚੁੱਕੇ ਨੇ ਚੌਥਾ ਰੈਡੀ ਹੋ ਰਿਹਾ ਜੀ ਅੱਛਾ ਤਿੰਨ ਮਤਲਬ ਚੌਥਾ ਰਿਲੀਜ਼ ਹੋਣਾ ਹੈ ਹਾਂਜੀ ਉਹ ਮੈਂ ਨਹੀਂ ਲਿਖਿਆ ਉਹ ਸੱਬੀ ਨੇ ਲਿਖਿਆ ਜੀ ਮੁੰਡਾ ਸੱਬੀ ਆ ਮੋਗੇ ਤੋਂ ਜਿਹੜੇ ਤਿੰਨ ਗਾਏ ਤੁਸੀਂ ਉਹ ਖੁਦ ਤੁਸੀਂ ਹਾਂਜੀ ਉਹ ਖੁਦ ਲਿਖੇ ਸੀਗੇ ਤੇ ਹੁਣ ਮੇਰਾ ਤੀਜਾ ਸੌਂਗ ਸੀਗਾ ਜਿਹੜਾ ਉਹ ਸੀਗਾ ਜੁੱਤੀ ਉੱਤੇ ਘੁੰਗਰੂ ਲਵਾ ਕੇ ਨਿਕਲੀ ਮੁੰਡੇ ਜਾਣ ਤੋਂ ਗਏ ਤੇ ਜਿਹੜਾ ਦੂਸਰਾ ਟਰੈਕ ਆਇਆ ਤੀਸਰੇ ਤੇ ਵੀ ਆ ਜਾਂਦੇ ਆ ਤੀਸਰਾ ਮੈਨੂੰ ਲੱਗਦਾ ਤੁਹਾਨੂੰ ਜ਼ਿਆਦਾ ਪਿਆਰਾ ਲੱਗਦਾ ਜੁੱਤੀ ਉੱਤੇ ਘੁੰਗਰੂ ਵਾਲਾ ਹਾਂਜੀ 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 ਦੂਸਰਾ ਟਰੈਕ ਜਿਹੜਾ ਤੁਸੀਂ ਗਾਇਆ ਉਹ ਤੁਹਾਡਾ ਸੋਲੋ ਸੀ ਫਿਰ ਹਾਂਜੀ ਉਹ ਸੋਲੋ ਸੀਗਾ ਉਹੀ ਵੇਲ ਛੱਤਰਾਂ ਵਾਲਾ ਕੰਮ ਸੀਗਾ ਬਾਹਰੋਂ ਵੀ ਪਏ ਘਰੋਂ ਵੀ ਪਏ ਹੈ ਨਾ ਅੱਛਾ ਜੀ ਤੇ ਸੁਰਾਪੁਰੀ ਭਾਜੀ ਉਹਨਾਂ ਨੇ ਸ਼ੇਅਰ ਹੀ ਨਹੀਂ ਕੀਤਾ ਉਹ ਗਾਣਾ ਉਹ ਕਹਿੰਦੇ ਯਾਰ ਬਈ ਛੱਤਰਾਂ ਵਾਲਾ ਕੰਮ ਹੈ ਤੂੰ ਰਹਿਣ ਦੇ ਮੈਂ ਕਿਹਾ ਵੀ ਸ਼ਾਇਦ ਕੁਛ ਕਰਨਾ ਮੰਡੀਰ ਨੂੰ ਬਾਹਲਾ ਚੰਗਾ ਲੱਗਿਆ ਜੀ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਗਿਆ ਸੀਗਾ ਅਤੇ ਉੱਥੇ ਮੈਂ ਗਾਣਾ ਗਾਇਆ ਉਹਨਾਂ ਨੂੰ ਬਹੁਤ ਪਸੰਦ ਆਇਆ ਜੀ ਗਾਣਾ ਅਤੇ ਵੈਸੇ ਫੈਮਿਲੀ ਦੇ ਵਿੱਚ ਸੁਣਨ ਯੋਗ ਗਾਣਾ ਨਹੀਂ ਸੀ ਉਹ ਅੱਛਾ ਮਤਲਬ ਤੁਸੀਂ ਆਪਣੇ ਮੂੰਹ ਖੁਦ ਹੀ ਕਹਿ ਰਹੇ ਹੋ ਕਿ ਮੇਰਾ ਗੀਤ ਸੁਣਨ ਵਾਲਾ ਨਹੀਂ ਸੀ ਸੁਣਨ ਵਾਲਾ ਨਹੀਂ ਸੀਗਾ ਜੀ ਹੈ ਨਾ ਅੱਛਾ ਅਤੇ ਕੁਛ ਉਹਦੇ ਵਿੱਚ ਗੱਲਾਂ ਸੀਗੀਆਂ ਵੀ ਇੱਦਾਂ ਦੀਆਂ ਲਿਖੀਆਂ ਹੋਈਆਂ ਹੈ ਨਾ ਅਤੇ ਉਹ ਪਸੰਦ ਘਰੇ ਨਹੀਂ ਆਪਾਂ ਮੈਨੂੰ ਨਹੀਂ ਉਹ ਉਸੀ ਕਰਕੇ ਮੈਨੂੰ ਨਹੀਂ ਚੰਗਾ ਲੱਗਦਾ ਜੀ ਉਹ ਗਾਣਾ ਹੈ ਨਾ ਠੀਕ ਹੈ ਤੇ ਤੀਸਰਾ ਗਾਣਾ ਜਿਹੜਾ ਜੁੱਤੀ ਉੱਤੇ ਘੁੰਗਰੂ ਵਾਲਾ ਤੁਸੀਂ ਕਹਿ ਰਹੇ ਹੋ ਉਹ ਫਿਰ ਤੁਸੀਂ ਕਿਹਦੇ ਨਾਲ ਕੀਤਾ ਮਿਊਜ਼ਿਕ ਵਗੈਰਾ ਉਹ ਕਿੰਨੇ ਲਿਖਿਆ ਜਾਂ ਸਾਰਾ ਕੀ ਸੀਗਾ ਉਹਦਾ ਲਿਖਿਆ ਮੈਂ ਖੁਦ ਸੀਗਾ ਜੀ ਤੇ ਮਿਊਜ਼ਿਕ ਸੀਗਾ ਲਾਡੀ ਗੱਲ ਅੱਛਾ ਜੀ ਲਾਡੀ ਗੱਲ ਹਾਂਜੀ ਤੇ ਵਿਸ਼ਾ ਆਪਣਾ ਵਿਕਾਸ ਦੱਤ ਜੀ ਅੱਛਾ ਜੀ ਅੰਮ੍ਰਿਤਸਰ ਤੋਂ ਨੇ ਰਹਿੰਦੇ ਬੰਬੇ ਨੇ ਉਹਨਾਂ ਨੇ ਵੀ ਉਹਦਾ ਵੀਡੀਓ ਕੀਤਾ ਸੀਗਾ ਕਲਾਗ੍ਰਾਮ ਦੇ ਵਿੱਚ ਸ਼ੂਟ ਹੋਇਆ ਸੀਗਾ ਉਹ ਗਾਣਾ ਜੀ ਤੇ ਉਹਦਾ ਰਿਸਪੌਂਸ ਬਹੁਤ ਵਧੀਆ ਸੀਗਾ ਗਾ ਦਿਓ ਫਿਰ ਉਹ ਮੈਂ ਗਾ ਦਿੰਦਾ ਉਹ ਉਹ ਗਾਣੇ ਦੇ ਨਾਲ ਜਿਹੜੇ ਮੇਰੇ ਨਾਲ ਰੁੱਸੇ ਹੋਏ ਸੀਗੇ ਜਿੱਦਾਂ ਫੈਮਿਲੀ ਮੈਂਬਰਸ ਜਾਂ ਹੋਰ ਹੋ ਗਏ ਉਹ ਗਾਣਾ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਉਹਨਾਂ ਨੇ ਮੇਰੀ ਗਲਤੀ ਦੇ ਪਰਦਾ ਪਾਤਾ ਉਹ ਗਾਣੇ ਸੈਰਸ ਕੌੜ ਕਮਲ ਸ਼ਾਹੀ ਜੀ ਇਹਨਾਂ ਦੀ ਮੈਂ ਗੱਲ ਕਰਦਾ ਸੀਗਾ ਉਹਨਾਂ ਨੇ ਕੰਪਨੀ ਲਾਂਚ ਕੀਤੀ ਸੀਗੀ ਸੈਰ ਆਪਣੀ ਸ਼ਾਹਜੀ ਮਿਊਜ਼ਿਕ ਅੱਛਾ ਜੀ ਸ਼ਾਹਜੀ ਮਿਊਜ਼ਿਕ ਵਿੱਚ ਆਪਣਾ ਉਹ ਗਾਣਾ ਰਿਲੀਜ਼ ਹੋਇਆ ਸੀਗਾ ਅੱਛਾ ਜੀ ਹੁਣ ਤੇ ਗਾ ਦਿਓ ਫਿਰ ਹਾਂਜੀ ਉਹ ਗਾਣਾ ਗਾ ਦਿੰਦੇ ਉਹ ਮੁਖੜੇ ਤੋਂ ਚੁੰਨੀ ਸਰਕਾਈ ਜੱਟੀ ਨੇ ਉਹ ਪੂਰੀ ਅੱਤ ਕਰਤੀ ਕੋਈ ਕਹਿੰਦਾ ਸੌਣ ਦੇ ਸ਼ਰਾਟੇ ਵਰਗੀ ਓਏ ਕੋਈ ਅੱਗ ਵਰਗੀ ਬਣਦੇ ਸੀ ਵੱਡੇ ਜੋਈ ਮਾਨੀ ਸੋਣੀਏ ਓਈ ਮਾਨ ਤੋਂ ਗਏ ਜੁੱਤੀ ਉੱਤੇ ਘੁੰਗਰੂ ਲਵਾ ਕੇ ਨਿਕਲੀ ਉਹ ਮੁੰਡੇ ਜਾਣ ਤੋਂ ਗਏ ਜੁੱਤੀ ਉੱਤੇ ਘੁੰਗਰੂ ਲਵਾ ਕੇ ਨਿਕਲੀ ਉਹ ਮੁੰਡੇ
ਪਿਆਸਿਆਂ ਦੀ ਪੁੱਜਦੀ ਪਿਆਸ ਸੋਹਣੀਏ ਨੀ ਤੇਰਾ ਮੁੱਖ ਵੇਖ ਕੇ ਫਿਰ ਤੈਨੇ ਫਿਲਮਾਂ ਦੇ ਸੈਨ ਲੈਣ ਨੂੰ ਨੀ ਤੇਰੀ ਲੁੱਕ ਵੇਖ ਕੇ ਪਿਆਸਿਆਂ ਦੀ ਪੁੱਜਦੀ ਪਿਆਸ ਸੋਹਣੀਏ ਨੀ ਤੇਰਾ ਮੁੱਖ ਵੇਖ ਕੇ ਫਿਰ ਤੈਨੇ ਫਿਲਮਾਂ ਦੇ ਸੈਨ ਲੈਣ ਨੂੰ ਨੀ ਤੇਰੀ ਲੁੱਕ ਵੇਖ ਕੇ ਚੁੰਨੀ ਉੱਤੇ ਚੜੇ ਜੋ ਸਿਤਾਰੇ ਸੋਹਣੀਏ ਅਸਮਾਨ ਤੋਂ ਲਏ ਜੁੱਤੀ ਉੱਤੇ ਘੁੰਗਰੂ ਲਵਾ ਕੇ ਨਿਕਲੀ ਨੀ ਮੁੰਡੇ ਚਾਨ ਤੋਂ ਗਏ ਮਤਲਬ ਇਸ ਤੋਂ ਬਾਅਦ ਫਿਰ ਕੁੜੀਆਂ ਕਿੰਨੀਆਂ ਕੁ ਫੈਨ ਬਣ ਗਿਆ ਜੁੱਤੀ ਤੇ ਘੁੰਗਰੂ ਲਵਾਏ ਕਿਸੇ ਕੁੜੀ ਨੇ ਕਿ ਨਹੀਂ ਨਹੀਂ ਮੈਨੂੰ ਮੇਰੀ ਸਭ ਤੋਂ ਪਹਿਲਾਂ ਜਿਹੜਾ ਮੈਨੂੰ ਫੋਨ ਆਇਆ ਜੀ ਉਹ ਕੁੜੀ ਸੀਗੀ ਰਾਜਸਥਾਨ ਤੋਂ ਅੱਛਾ ਸੁਖਦੀਪ ਕੌਰ ਧਾਰੀਵਾਲ ਉਹ ਮੇਰੀ ਫੇਸਬੁੱਕ ਆਈਡੀ ਤੇ ਵੀ ਐਡ ਹੈ ਜੀ ਮੇਰੇ ਨਾਲ ਸਭ ਤੋਂ ਪਹਿਲਾਂ ਜਾਣੀ ਕਿ ਜੇ ਕੋਈ ਮੇਰਾ ਮੰਨਦਾ ਵੀ ਆਪਾਂ ਸਹੋਤਾ ਮੇਰਾ ਬਣਿਆ ਉਹ ਕੁੜੀ ਬਣੀ ਸੀਗੀ ਅੱਛਾ ਜੀ ਅਤੇ ਮੈਨੂੰ ਲੱਗਦਾ ਇਹ 'ਚੋਂ ਕਾਫੀ ਛੋਟੀ ਆ ਉਹ ਅਤੇ ਉਹਦਾ ਸਭ ਤੋਂ ਪਹਿਲਾਂ ਉਹਨਾਂ ਦੀ ਮੈਨੂੰ ਕਾਲ ਆਈ ਮੈਸੇਜ ਆਇਆ ਹੈ ਨਾ ਅਤੇ ਉਸ ਕੁੜੀ ਨੇ ਸਪੈਸ਼ਲ ਜੁੱਤੀ ਅਤੇ ਘੁੰਗਰੂ ਲਵਾਏ ਸੀਗੇ ਅੱਛਾ ਮੈਨੂੰ ਫੋਟੋ ਖਿੱਚ ਕੇ ਐਡੀ ਵੱਡੀ ਫੈਨ ਬਣ ਗਈ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਸਭ ਤੋਂ ਪਹਿਲਾਂ ਉਹ ਸੀਗੀ ਉਸ ਤੋਂ ਬਾਅਦ ਬਸ ਚੱਲੀ ਗਈ ਜੀ ਕੰਮ ਤੇ ਮਤਲਬ ਤੁਸੀਂ ਹੁਣ ਤੱਕ ਜਿੰਨੇ ਗੀਤ ਕੀਤੇ ਸਾਰੇ ਤੁਹਾਡੇ ਬੀਟ ਸੌਂਗਸ ਰਹੇ ਤੇ ਚੌਥਾ ਜਿਹੜਾ ਆ ਰਿਹਾ ਉਹ ਵੀ ਬੀਟ ਸੌਂਗ ਆ ਰਿਹਾ ਹੈ ਵੀ ਬੀਟ ਸੌਂਗ ਹੈ ਜੀ ਤੇ ਅੱਗੇ ਜਿਹੜੇ ਤੁਹਾਡੇ ਪਲੈਨਿੰਗਸ ਹੈਗੀਆਂ ਨੇ ਜਾਂ ਤੁਸੀਂ ਜਿਹੜਾ ਗਾਣਾ ਚਾਹੁੰਦੇ ਹੋ ਬੀਟ 'ਚ ਹੀ ਰਹਿਣਾ ਚਾਹੁੰਦੇ ਹੋ ਜਾਂ ਰੋਮਾਂਟਿਕ ਸੌਫਟ ਇਮੋਸ਼ਨਲ ਜਾਂ ਕੁਛ ਇੱਦਾਂ ਦੇ ਗੀਤ ਵੀ ਗਾਓਗੇ ਨਹੀਂ ਮੈਂ ਥੋੜ੍ਹਾ ਜਿਹਾ ਅਸੀਂ ਮੂਵੀ ਦੇ ਪ੍ਰੋਜੈਕਟ ਦੇ ਵਿੱਚ ਹਾਂ ਜੀ ਅੱਛਾ ਕਿਉਂਕਿ ਮੈਨੂੰ ਹੀਰੋ ਦੇ ਵਿੱਚ ਸਭ ਤੋਂ ਜ਼ਿਆਦਾ ਲਖਵਿੰਦਰ ਖੰਡੋਲਾ ਅੱਛਾ ਇਹਨਾਂ ਦੀ ਮਿੱਟੀ ਮੂਵੀ ਆਈ ਸੀਗੀ ਸਭ ਤੋਂ ਪਹਿਲਾਂ ਮੇਕਾ ਸਿੰਘ ਸੀਗੇ ਨਾਲ ਤੇ ਉਹਨਾਂ ਦਾ ਮੇਨ ਰੋਲ ਸੀਗਾ ਰੱਬੀ ਸਿੱਧੂ ਦਾ ਰੋਲ ਕੀਤਾ ਸੀਗਾ ਜੀ ਉਹਨਾਂ ਦੇ ਨਾਲ ਕੰਮ ਚੱਲ ਰਹੀ ਸਾਡੀ ਮੂਵੀ 15 ਦਿਨ ਦਾ ਸ਼ੂਟ ਹੋ ਚੁੱਕਿਆ ਤੇ 1 ਮਹੀਨੇ ਦਾ ਸ਼ੂਟ ਰਹਿੰਦਾ ਜੀ ਬਾਕੀ ਰਹਿੰਦਾ ਉਹ ਥੋੜ੍ਹੀ ਜਿਹੀ ਹਟ ਕੇ ਬਣਾ ਰਹੇ ਹਾਂ ਸ਼ਾਇਦ ਮੀਡੀਆ ਦੇ ਚਰਚਾ ਵਿੱਚ ਆਜੂਗੀ ਮੂਵੀ ਉੱਦਾਂ ਰਿਲੀਜ਼ ਹੋਣ ਤੋਂ ਥੋੜ੍ਹਾ ਜਿਹਾ ਡਰ ਲੱਗਦਾ ਜੀ ਅੱਛਾ ਹਾਂਜੀ ਹਾਂ ਉਹਦੇ ਵਿੱਚ ਗਾਣੇ ਨੇ ਜਿੱਦਾਂ ਉਹਦੇ ਵਿੱਚ ਕੁਝ ਕੁ ਲੋਕਾਂ ਨੂੰ ਲਹੂ ਕਦੇ ਜੀਣ ਨਹੀਂ ਦਿੰਦਾ ਤੇ ਇੱਕ ਸੌਂਗ ਉਹਦੇ ਵਿੱਚ ਪਾਇਆ ਸੀ ਉਹ ਹੈਗਾ ਮੇਰੀ ਮੌਤ ਦੇ ਨਾਲ ਰੋਇਓ ਮੇਰੀ ਸੋਚ ਨੂੰ ਬਚਾਇਓ ਤੇ ਇਦਾਂ ਦੇ ਉਹਦੇ ਵਿੱਚ ਅਸੀਂ ਸੌਂਗ ਕੀਤੇ ਹੋਏ ਨੇ ਅੱਛਾ ਲਾਲੀ ਜੀ ਤੁਹਾਡੇ ਪਰਿਵਾਰ ਬਾਰੇ ਜ਼ਿਆਦਾ ਗੱਲਬਾਤ ਨਹੀਂ ਹੋਈ ਆਪਾਂ ਗੀਤਾਂ 'ਚ ਜ਼ਿਆਦਾ ਉਲਝ ਗਏ ਕੌਣ ਕੌਣ ਆ ਤੁਹਾਡੇ ਪਰਿਵਾਰ ਦੇ ਵਿੱਚ ਜੇ ਪਰਿਵਾਰ ਦੇ ਵਿੱਚ ਕਿਹਾ ਜਾਵੇ ਤਾਂ ਮੇਰਾ ਸਾਰਾ ਪਿੰਡ ਮੇਰਾ ਪਰਿਵਾਰ ਹੀ ਹੈ ਜੀ ਅੱਛਾ ਜੀ ਹਾਂ ਵੈਸੇ ਪਿੰਡ ਤਾਂ ਸਾਰਾ ਪਰਿਵਾਰ ਹੀ ਹੁੰਦਾ ਹਾਂਜੀ ਹਾਂਜੀ ਅੱਛਾ ਜੀ ਸਾਰੇ ਨੇ ਜੀ ਪਰਿਵਾਰ ਦੇ ਵਿੱਚ ਮੇਰੇ ਅਤੇ ਸਾਰੇ ਕਜ਼ਨ ਇਕੱਠੇ ਨੇ ਜੀ ਚਾਚੇ ਤਾਏ ਕੋਈ ਸਾਡਾ ਇੱਦਾਂ ਨਹੀਂ ਹੈਗਾ ਵੀ ਬੰਡਵਾਰੇ ਵਾਲਾ ਕੰਮ ਨਹੀਂ ਹੈਗਾ ਵੀ ਅਸੀਂ ਵੀ ਜ਼ਿਆਦਾ ਉੱਧਰ ਇੱਧਰ ਰਹਿੰਦੇ ਨੇ ਜੀ ਦੇਖ ਲਓ ਹੁਣ 5-7 ਤਾਂ ਚਾਚੇ ਹੀ ਨੇ ਜੀ ਮੇਰੇ ਚਾਚੇ ਤਾਏ ਚਾਚੇ ਤਾਏ ਸਾਰਿਆਂ ਨੇ ਸਪੋਰਟ ਕੀਤਾ ਮੁੰਡੇ ਨੂੰ ਗਾਇਕੀ ਦੇ ਵਿੱਚ ਨਹੀਂ ਸਪੋਰਟ ਤਾਂ ਉਹਨਾਂ ਨੇ ਦੂਜੇ ਕੰਮ ਬਾਅਦ ਤੇ ਕੀਤਾ ਵੀ ਜਾ ਪੁੱਤ ਇੱਧਰ ਆ ਟਰੈਕਟਰ ਤੇ ਬਹਿ ਆ ਬੱਚੇ ਦੀ ਬਾਤ ਤਾਂ ਮਾਂ ਹੀ ਸੁਣਦੀ ਹੈ ਮਾਤਾ ਨੇ ਮੈਨੂੰ ਸਪੋਰਟ ਕੀਤਾ ਮਾਤਾ ਨੇ ਉਹ ਕੁਝ ਇੱਦਾਂ ਦੀਆਂ ਗੱਲਾਂ ਨੇ ਜਿੱਦਾਂ ਕਮੇਡੀ ਵਾਲੇ ਉਹਨੇ ਲੁਕ ਲੁਕ ਕੇ ਪੈਸੇ ਦੇਣੇ ਹੈ ਨਾ ਅੱਛਾ ਬਈ ਜਾਂ ਮੈਂ ਕਹਿਣਾ ਮੰਮਾ ਪੈਸੇ ਨਹੀਂ ਹੈਗੇ ਬਈ ਉੱਥੇ ਜਾਣਾ ਮਰੰਡੇ ਪਹੁੰਚਣਾ ਹੈ ਨਾ ਅਤੇ ਬੱਸ 'ਤੇ ਹੀ ਜਾਂਦੇ ਸੀਗੇ ਜੀ ਅਤੇ ਉਹਨਾਂ ਨੇ ਪੈਸੇ ਦੇਣੇ ਚੋਰੀ ਬਈ ਜਾ ਭਾਜਿਆ ਛੇਤੀ ਹੈ ਨਾ ਉਹ ਕਿੱਥੇ ਗਿਆ ਉਹ ਤਾਂ ਪਤਾ ਨਹੀਂ ਕਿੱਥੇ ਗਿਆ ਖੇਲਣ ਗਿਆ ਕਿਤੇ ਅਤੇ ਇੱਦਾਂ ਦੀਆਂ ਬਹੁਤ ਗੱਲਾਂ ਹੋਈਆਂ ਨੇ ਮੰਮੀ ਨੇ ਸਪੋਰਟ ਕੀਤਾ ਹਾਂਜੀ ਦੂਜਾ ਮੈਂ ਮੇਰਾ ਪਿੰਡ ਦੇ ਪਰਿਵਾਰ ਦੀ ਗੱਲ ਕਰੀ ਸੀਗੀ ਮੇਰੇ ਪਿੰਡ ਦੇ ਵਿੱਚ ਸਾਰੇ ਹੀ ਮੈਨੂੰ ਬਹੁਤ ਚੰਗੇ ਲੱਗਦੇ ਨੇ ਸਾਰੇ ਮੇਰੇ ਪਿੰਡ ਦੇ ਮੇਰੇ ਨਾਲ ਪਿੰਡ ਮੇਰਾ ਬਹੁਤ ਸਪੋਰਟ ਦੇ ਵਿੱਚ ਹੈ ਜੀ ਅੱਛਾ ਜੀ ਮੇਰੀ ਬਹੁਤ ਸਪੋਰਟ ਕਰਦੇ ਆ ਪਿੰਡ ਜਦੋਂ ਮੇਰਾ ਕੋਈ ਗਾਣਾ ਆਉਂਦਾ ਸਭ ਤੋਂ ਪਹਿਲਾਂ ਮੇਰੇ ਪਿੰਡ ਦੇ ਟਰੈਕਟਰਾਂ ਦੇ ਵਾਦਾ ਪਿੰਡ 'ਚ ਕਿੰਨੇ ਖਾੜੇ ਲਾ ਲਏ ਫਿਰ ਪਿੰਡ ਦੇ ਵਿੱਚ ਮੈਂ ਹਰੇਕ ਵਿਆਹ ਦੇ ਮੈਂ ਹੀ ਗਾਉਂਦਾ ਜੀ ਅੱਛਾ ਉਹਦੇ ਪੱਕੇ ਹੋ ਤੁਸੀਂ ਹੈ ਨਾ ਹਾਂਜੀ ਹਾਂ ਉਹਨਾਂ ਦੇ ਪੱਕਾ ਉਹਨਾਂ ਦੇ ਮੈਂ ਹੀ ਗਾਉਣਾ ਜੀ ਪਿੰਡ ਦੇ ਵਿੱਚ ਹੈ ਨਾ ਅੱਛਾ ਤੇ ਕਿਉਂਕਿ ਅਸੀਂ ਹੋਰ ਸਿੰਗਰ ਵੀ ਕਰਦੇ ਹਾਂ ਵੀ ਹਾਂ ਬਾਈ ਆਪਾਂ ਫਲਾਣੇ ਨੂੰ ਕਰ ਲੈਂਦੇ ਉੱਥੇ ਮੈਂ ਉਹ ਤਾਂ ਹੋਣਾ ਹੀ ਹੋਣਾ ਅਤੇ ਗਾਉਣਾ ਮੈਂ ਵੀ ਜ਼ਰੂਰੀ ਹੁੰਦਾ ਜੀ ਅੱਛਾ ਜੀ ਅਤੇ ਟੂਰਨਾਮੈਂਟਸ ਹੁੰਦੇ ਆ ਪਿੰਡ ਦੇ ਵਿੱਚ ਜੀ ਉਹ ਵੀ ਯਾਨੀ ਕਿ ਮੇਰੀ ਸਲਾਹ ਨਾਲ ਹੀ ਹੁੰਦਾ ਬਾਈ ਕਿਹੜੇ ਸਿੰਗਰ ਨੂੰ ਲੈ ਕੇ ਆਈਏ ਆਪਾਂ ਹੈ ਨਾ ਅਤੇ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ ਪਿੰਡ ਨੇ ਬਹੁਤ ਸਪੋਰਟ ਕੀਤੀ ਆ ਗੁਰਜੀਤ ਦਾ ਮੁੰਡਾ ਮੇਰਾ ਬਹੁਤ ਕਲੋਜ਼ ਫਰੈਂਡ ਹੈ ਜੀ
ਤੇ ਨੋਨੀ ਹੈ, ਅਮਰੀਕ ਉਹਨੀ ਨੇ, ਗੁਰਜੰਟ ਹੋ ਗਿਆ, ਬਿੱਲਾ ਹੋ ਗਈ ਮੁੰਡਾ, ਇਹ ਜਾਣੀ ਕਿ ਪੂਰੇ ਆਪਣੇ, ਇੱਕ ਪਾਲੀ ਹੈ ਮੁੰਡਾ, ਉਹ ਪਾਲੀ ਅਤੇ ਹਨੀ, ਇਹ ਬੰਦੇ ਦੋ ਐਸੇ ਨੇ ਜਿਨ੍ਹਾਂ ਦੇ ਸਭ ਤੋਂ ਪਹਿਲਾਂ ਟਰੈਕਟਰ ਦੇ ਇਹਨਾਂ ਦੇ ਮੇਰੇ ਗਾਣਾ ਵੱਜੇਗਾ। ਜਦੋਂ ਮੇਰਾ ਗਾਣਾ ਕੋਈ ਰਿਲੀਜ਼ ਹੁੰਦਾ ਇਹਨਾਂ ਦੇ ਪੱਕਾ ਟਰੈਕਟਰ ਦੇ ਉੱਤੇ ਇਹਨਾਂ ਨੇ ਮੇਰੇ ਘਰ ਦੀਆਂ ਗੇੜੀਆਂ ਦੇਣੀਆਂ ਨਾ, ਬਾਈ ਤੇਰਾ ਗਾਣਾ ਲਾਤਾ। ਆਪਣੀ ਗੁਰਮਨੀ ਰਿਕਾਰਡ ਤੇ ਉਹ ਚੰਡੀਗੜ੍ਹ 20 ਸੈਕਟਰ ਦੇ ਵਿੱਚ ਉਹਨਾਂ ਦਾ ਦਫ਼ਤਰ ਹੈ ਜੀ। ਰਾਜਾ ਵਿਰਕ ਜੀ ਉਹ ਮੇਰੇ ਸੌਂਗ ਦੇ ਵਿੱਚ ਨੇ ਤੇ ਉਹ ਤੋਂ ਬਾਅਦ ਜੀ ਮਿਊਜ਼ਿਕ ਕੀਤਾ ਲਾਡੀਗਲ ਜੀ ਨੇ ਅਤੇ ਸੱਭੀ ਆ ਮੁੰਡਾ ਮੋਗੇ ਤੋਂ, ਉਹਨਾਂ ਨੇ ਗਾਣਾ ਲਿਖਿਆ ਉਹ ਅਤੇ ਉਹਦਾ ਵੀਡੀਓ ਕੰਪਲੀਟ ਹੋ ਚੁੱਕਿਆ। ਸ਼ਾਇਦ ਆਪਾਂ 1 ਮਾਰਚ ਜਾਂ 2 ਮਾਰਚ ਨੂੰ ਗਾਣਾ ਰਿਲੀਜ਼ ਕਰ ਸਕਦੇ। ਅੱਛਾ ਜੀ, ਹਾਂਜੀ। ਫਿਰ ਜਾਂਦੇ ਜਾਂਦੇ ਆਪਣੇ ਫੈਨਸ ਨੂੰ, ਆਪਣੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਮੈਸੇਜ ਤਾਂ ਇਹੀ ਦੇਣਾ ਚਾਹੁੰਦੇ ਜੀ, ਕਿਉਂਕਿ ਜੇ ਕੋਈ ਸਿੰਗਰ ਵਧੀਆ ਕਰਨਾ ਚਾਹੁੰਦਾ ਜੀ ਤਾਂ ਉਹਦਾ ਵਧੀਆ ਸੁਣੋ, ਹੈ ਨਾ ਜੀ। ਅਤੇ ਇੱਦਾਂ ਨਾ ਵੀ ਉਹਨੂੰ ਕੋਈ, ਬਹੁਤ ਸਾਰੇ ਲੋਕ ਸਲਾਹ ਕਰਦੇ ਨੇ ਜਿੱਦਾਂ ਹੁਣ ਕੋਈ ਗਾਣਾ ਹੁੰਦਾ, ਕਈ ਲੋਕ ਤਾਂ ਜਿੱਦਾਂ ਸਿਆਣੇ ਲੋਕ ਨੇ ਉਹ ਤਾਂ ਕਹਿਣਗੇ ਬਹੁਤ ਵਧੀਆ, ਅਤੇ ਬਾਕੀ ਲੋਕ ਕਹਿੰਦੇ ਨੇ ਯਾਰ ਤੂੰ ਕੀ ਕਰਤਾ, ਤੂੰ ਸਾਡੇ ਦੀਆਂ ਗੱਲਾਂ ਕੀਤੀਆਂ, ਹੈ ਨਾ। ਅਤੇ ਮੈਂ ਚਾਹੁੰਦਾ ਕੁੜੀਆਂ ਤੋਂ ਹੱਟ ਕੇ ਵੀ ਕੋਈ ਚੀਜ਼ ਹੋਣੀ ਚਾਹੀਦੀ ਆ ਬਈ, ਇੱਦਾਂ ਨਹੀਂ ਵੀ ਆਪਾਂ ਕਿਸੇ ਕੁੜੀਆਂ 'ਤੇ ਹੀ ਗਾਣੇ ਗਾਉਣੇ ਆ ਅਤੇ ਮੰਡੀਰ ਉਹ 'ਤੇ ਨੱਚ ਰਹੀ ਆ, ਹੈ ਨਾ। ਅਤੇ ਮੈਂ ਹਮੇਸ਼ਾ ਚਾਹੁੰਦਾ ਵੀ ਮੇਰਾ ਜਿਹੜਾ ਕੋਈ ਵੀ ਗਾਣਾ ਆਵੇ ਅੱਗੇ ਵਾਸਤੇ ਰਿਲੀਜ਼ ਹੋਵੇ, ਉਹ ਗਾਣਾ ਘਰ ਦੇ ਵਿੱਚ ਬਹਿ ਕੇ ਸੁਣਿਆ ਜਾ ਸਕੇ ਜੀ, ਤਾਂ ਆਪਾਂ ਨੂੰ ਲੋਕ ਪਸੰਦ ਕਰਨਗੇ ਮੇਰੇ ਹਿਸਾਬ ਨਾਲ। ਬਾਕੀ ਤਾਂ ਜ਼ਿੰਦਗੀ ਛੋਟੀ ਹੋ ਹੈ ਜੀ, ਜੇ ਆਪਾਂ ਕਿੰਨੇ ਕਿੰਨੀਆਂ ਕੁ ਗੋਲੀਆਂ ਮਾਰ ਲਾਂਗੇ ਕਿਸੇ ਦੇ, ਹਾਂਜੀ ਬਿਲਕੁਲ, ਹੈ ਨਾ। ਅਤੇ ਗੋਲੀਆਂ ਮਾਰ ਮਾਰ ਆਪਾਂ ਦੁਨੀਆ ਹੀ ਮੁਕਾ ਦੇਣੀ, ਗਾਵਾਂਗੇ ਕਿਹਦੇ ਵਾਸਤੇ ਜੀ। ਇੱਦਾਂ ਲਾਲੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਟੂਡੀਓ 'ਚ ਆਏ ਅਤੇ ਵਾਹਿਗੁਰੂ ਅੱਗੇ ਇਹ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡੀ ਆਉਣ ਵਾਲੀ ਫਿਲਮ, ਤੁਹਾਡਾ ਆਉਣ ਵਾਲਾ ਗੀਤ ਸੁਪਰ ਡੁਪਰ ਹਿੱਟ ਹੋਵੇ ਅਤੇ ਤੁਸੀਂ ਦੁਬਾਰਾ ਇੱਥੇ ਆਓ ਅਤੇ ਮੈਂ ਤੁਹਾਡਾ ਦੁਬਾਰਾ ਇੰਟਰਵਿਊ ਲਵਾਂ। ਠੀਕ ਹੈ ਜੀ, ਮੈਂ ਵੀ ਗਲੋਬਲ ਪੰਜਾਬ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸੀ ਸਾਡੇ ਨਾਲ ਲਾਲੀ ਸ਼ੇਰਗੜੀਆ ਜੀ, ਅਗਲੇ ਐਪੀਸੋਡ ਦੇ ਵਿੱਚ ਹਾਜ਼ਰ ਹੋਵਾਂਗੇ ਕਿਸੇ ਹੋਰ ਨਵੇਂ ਗਾਇਕ ਦੇ ਨਾਲ। ਤਦ ਤੱਕ ਲਈ ਦੋ ਇਜਾਜ਼ਤ, ਸਤਿ ਸ਼੍ਰੀ ਅਕਾਲ।